ਨਿਊਜ਼ੀਲੈਂਡ ਵਿੱਚ ਇੱਕ ਬੰਦਾ ਹੁੰਦਾ ਹੈ ਜਿਸ ਨੂੰ ਕੰਮ ਤੋਂ ਬਾਅਦ ਕੀੜੇ ਮਕੌੜੇ ਫੜਨ ਦਾ ਸ਼ੌਂਕ ਹੁੰਦਾ ਹੈ। ਉਹ ਚਾਹੁੰਦਾ ਸੀ ਕਿ ਉਸ ਕੋਲ ਗਰਮੀਆਂ ਵਿੱਚ ਹੋਰ ਵੀ ਜ਼ਿਆਦਾ ਟਾਈਮ ਹੋਵੇ ਤਾਂ ਜੋ ਉਹ ਇਹ ਆਪਣਾ ਟਾਈਮ ਕੀੜੇ ਮਕੌੜੇ ਫੜਨ 'ਤੇ ਲਾ ਸਕੇ। ਇਹ ਬੰਦਾ ਸੀ ਨਿਊਜ਼ੀਲੈਂਡ ਦਾ ਸਾਇੰਸਦਾਨ ਜੋਰਜ ਹਡਸਨ, ਅਤੇ ਇਸ ਬੰਦੇ ਦੇ ਦਿਮਾਗ ਦੀ ਉਪਜ ਸੀ ਡੇ ਲਾਈਟ ਸੇਵਿੰਗ ਟਾਈਮ। ਅਰਥ ਦੇ ਸੈਂਟਰ ਵਿੱਚ ਇੱਕ ਵੇਟਰ ਹੁੰਦਾ ਹੈ ਜਿੱਥੇ ਸਾਰਾ ਸਾਲ ਦਿਨ ਬਰਾਬਰ ਰਹਿੰਦੇ ਹਨ ਅਤੇ ਸਨਲਾਈਟ ਵੀ ਜ਼ਿਆਦਾ ਮਿਲਦੀ ਹੈ। ਜਿਹੜੇ ਦੇਸ਼ ਇਕਵੇਟਰ ਤੋਂ ਜਿੰਨਾ ਦੂਰ ਹੁੰਦੇ ਹਨ ਠੰਡ ਵਿੱਚ ਉਹਨਾਂ ਨੂੰ ਓਨੀ ਘੱਟ ਸਨਲਾਈਟ ਵੇਖਣ ਨੂੰ ਮਿਲਦੀ ਹੈ, ਜਿਵੇਂ ਪੰਜਾਬ ਇਕਵੇਟਰ ਤੋਂ ਕਾਫ਼ੀ ਦੂਰ ਹੈ। ਇਸ ਕਰਕੇ ਸਰਦੀਆਂ ਵਿੱਚ ਉੱਥੇ ਤਾਪਮਾਨ ਕਾਫ਼ੀ ਲੋਅ ਹੁੰਦਾ ਹੈ ਅਤੇ ਸਨਲਾਈਟ ਵੀ ਘੱਟ ਵੇਖਣ ਨੂੰ ਮਿਲਦੀ ਹੈ। ਸਾਊਥ ਇੰਡੀਆ ਇਕਵੇਟਰ ਦੇ ਕਾਫ਼ੀ ਨਜ਼ਦੀਕ ਹੈ, ਇਸੇ ਕਾਰਨ ਕਰਕੇ ਉੱਥੇ ਐਵਰੇਜ ਤਾਪਮਾਨ 30 ਡਿਗਰੀ ਹੁੰਦਾ ਹੈ ਅਤੇ ਸਨਲਾਈਟ ਦਾ ਟਾਈਮ ਵੀ ਕਾਫ਼ੀ ਜ਼ਿਆਦਾ ਹੁੰਦਾ ਹੈ। ਅਮਰੀਕਾ, ਕਨੇਡਾ, ਯੂਰਪ ਇਕਵੇਟਰ ਤੋਂ ਕਾਫ਼ੀ ਦੂਰ ਹਨ, ਜਿਸ ਕਰਕੇ ਉੱਥੇ ਠੰਡ ਦੇ ਮੌਸਮ ਵਿੱਚ ਸਨਲਾਈਟ ਘੱਟ ਵੇਖਣ ਨੂੰ ਮਿਲਦੀ ਹੈ। ਇਹ ਸਾਰੇ ਦੇਸ਼ ਗਰਮੀਆਂ ਵਿੱਚ ਮਿਲਣ ਵਾਲੀ ਸਨਲਾਈਟ ਦਾ ਮੈਕਸੀਮਮ ਯੂਜ਼ ਕਰਨ ਵਾਸਤੇ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਘੜੀਆਂ ਦਾ ਟਾਈਮ 1 ਘੰਟਾ ਅੱਗੇ ਕਰ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਸਵੇਰ ਦੀ 1 ਘੰਟੇ ਦੀ ਸਨਲਾਈਟ ਨੂੰ ਸ਼ਾਮ ਵਿੱਚ ਮੂਵ ਕਰ ਦਿੱਤਾ ਜਾਂਦਾ ਹੈ, ਭਾਵ ਜੇ ਆਮ ਦਿਨਾਂ ਵਿੱਚ ਸੂਰਜ ਸ਼ਾਮ ਨੂੰ 6 ਵਜੇ ਛਿਪਦਾ ਹੈ ਤਾਂ ਡੇ ਲਾਈਟ ਸੇਵਿੰਗ ਟਾਈਮ ਦੇ ਦੌਰਾਨ 7 ਵਜੇ ਛਿਪੇਗਾ। ਤਾਂ ਇਹਨਾਂ ਲੋਕਾਂ ਕੋਲ 1 ਐਕਸਟਰਾ ਘੰਟਾ ਹੋਵੇਗਾ ਡੇ ਲਾਈਟ ਨੂੰ ਇੰਜੋਏ ਕਰਨ ਲਈ। ਫਿਰ ਜਦੋਂ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਹੁੰਦਾ ਹੈ ਤਾਂ ਉਦੋਂ ਘੜੀਆਂ ਨੂੰ ਦੁਬਾਰਾ ਸਟੈਂਡਰਡ ਟਾਈਮ 'ਤੇ ਕਰ ਦਿੱਤਾ ਜਾਂਦਾ ਹੈ, ਭਾਵ ਕਿ 1 ਘੰਟਾ ਪਿੱਛੇ। ਇਹ ਸਵੇਰ ਦੇ 2 ਵਜੇ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ 'ਤੇ ਇਸ ਦਾ ਪ੍ਰਭਾਵ ਘੱਟ ਤੋਂ ਘੱਟ ਹੋਵੇ। ਇਸੇ ਕਰਕੇ 1895 ਵਿੱਚ ਕੀੜੇ ਮਕੌੜਿਆਂ 'ਤੇ ਸਟੱਡੀ ਕਰਨ ਵਾਲੇ ਇਸ ਸਾਇੰਸਦਾਨ ਨੇ ਇੱਕ ਫਿਲੋਸਫੀਕਲ ਸੁਸਾਇਟੀ ਨੂੰ ਇੱਕ ਪੇਪਰ ਸਬਮਿਟ ਕੀਤਾ ਜਿਸ ਵਿੱਚ ਟਾਈਮ ਨੂੰ 2 ਘੰਟੇ ਸ਼ਿਫਟ ਕਰਨ ਦਾ ਪ੍ਰਪੋਜ਼ਲ ਪੇਸ਼ ਕੀਤਾ ਗਿਆ। ਉਸ ਦੇ ਇਸ ਆਈਡੀਆ ਨੂੰ ਚੰਗਾ ਰਿਸਪੌਂਸ ਮਿਲਦਾ ਹੈ ਅਤੇ ਇਹ ਖਬਰ ਹੌਲੀ ਹੌਲੀ ਇੰਗਲੈਂਡ ਤੱਕ ਪਹੁੰਚ ਜਾਂਦੀ ਹੈ। ਇੰਗਲੈਂਡ ਵਿੱਚ ਵਿਲੀਅਮ ਵਿਲਟ ਨਾਂ ਦਾ ਇੱਕ ਮਸ਼ਹੂਰ ਬਿਲਡਰ ਹੁੰਦਾ ਹੈ, ਉਸ ਨੂੰ ਇਹ ਆਈਡੀਆ ਕਾਫ਼ੀ ਪਸੰਦ ਆਉਂਦਾ ਹੈ ਅਤੇ ਉਹ ਇਸ ਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪੇਸ਼ ਕਰਦਾ ਹੈ। 1915 ਵਿੱਚ ਵਿਲੀਅਮ ਆਪਣੀ ਮੌਤ ਹੋਣ ਤੱਕ ਇਸ ਨੂੰ ਪਾਸ ਕਰਾਉਣ ਲਈ ਪੂਰਾ ਜ਼ੋਰ ਲਾ ਦਿੰਦਾ ਹੈ। ਡੇ ਲਾਈਟ ਸੇਵਿੰਗ ਟਾਈਮ ਸਭ ਤੋਂ ਪਹਿਲਾਂ 1908 ਵਿੱਚ ਕੈਨੇਡਾ ਦੇ ਪ੍ਰੋਵੈਂਸ ਓਨਟਾਰੀਓ ਵਿੱਚ ਲਾਗੂ ਕੀਤਾ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਕੈਨੇਡਾ ਵਿੱਚ ਯੂਕੋਨ ਅਤੇ ਸਸਕੈਚਵਾਨ ਨੂੰ ਛੱਡ ਕੇ ਹਰ ਪ੍ਰੋਵੈਂਸ ਵਿੱਚ ਡੇ ਲਾਈਟ ਸੇਵਿੰਗ ਟਾਈਮ ਲਾਗੂ ਹੈ। ਨਿਊਜ਼ੀਲੈਂਡ ਵਿੱਚ ਇਸ ਨੂੰ 1927 ਵਿੱਚ ਲਾਗੂ ਕੀਤਾ ਜਾਂਦਾ ਹੈ। USA ਨੇ ਵਰਲਡ ਵਾਰ ਦੇ ਦੌਰਾਨ ਕੁਝ ਸਮੇਂ ਲਈ ਇਸ ਡੇ ਲਾਈਟ ਸੇਵਿੰਗ ਟਾਈਮ ਨੂੰ ਅਪਣਾਇਆ ਸੀ ਅਤੇ ਉਸ ਤੋਂ ਬਾਅਦ ਛੱਡ ਦਿੱਤਾ, ਪਰ 1970 ਵਿੱਚ USA ਵਿੱਚ ਐਨਰਜੀ ਕ੍ਰਾਈਸਿਸ ਹੋਣ ਦੇ ਕਾਰਨ ਉੱਥੇ ਡੇ ਲਾਈਟ ਸੇਵਿੰਗ ਟਾਈਮ ਨੂੰ ਹਮੇਸ਼ਾ ਲਈ ਅਪਣਾ ਲਿਆ ਗਿਆ। ਐਰੀਜ਼ੋਨਾ ਅਤੇ ਹਵਾਈ ਨੂੰ ਛੱਡ ਕੇ ਹਰ ਸਟੇਟ ਵਿੱਚ ਉੱਥੇ ਹੁਣ ਡੇ ਲਾਈਟ ਸੇਵਿੰਗ ਟਾਈਮ ਦੀ ਵਰਤੋਂ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਮਾਰਚ ਦੇ 2nd Sunday ਨੂੰ ਇਹ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਦੇ 1st Sunday ਨੂੰ ਇਸ ਦਾ ਐਂਡ ਹੁੰਦਾ ਹੈ। ਸੋ ਇਹ ਸੀ ਕਹਾਣੀ ਡੇ ਲਾਈਟ ਸੇਵਿੰਗ ਟਾਈਮ ਦੀ, ਅਤੇ ਇਹੀ ਕਾਰਨ ਸੀ ਕਿ ਕੈਨੇਡਾ ਵਿੱਚ ਗਰਮੀਆਂ ਅਤੇ ਸਰਦੀਆਂ ਵਿੱਚ ਟਾਈਮ ਨੂੰ ਅੱਗੇ ਪਿੱਛੇ ਕਰ ਦਿੱਤਾ ਜਾਂਦਾ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।